ਹੁਣ ਸੁਣੋ ਸਟੂਡੀਓ 7 ਐਕਸਕਲੂਸਿਵਲੀ ਔਨ ਸਪੋਟੀਫਾਈ। ਸਪੋਟੀਫਾਈ ਐਪ ਨੂੰ ਡਾਊਨਲੋਡ ਕਰੋ ਅਤੇ ਬੀ ਸੋਸ਼ਲ ਪੋਡਕਾਸਟ ਨੂੰ ਫਾਲੋ ਕਰੋ। ਤੁਸੀਂ ਸੁਣ ਰਹੇ ਹੋ ਬੀ ਸੋਸ਼ਲ ਪੋਡਕਾਸਟ ਦੀ ਪੇਸ਼ਕਸ਼ ਸਟੂਡੀਓ 7। ਅੱਜ ਦੇ ਸਟੂਡੀਓ 7 ਵਿੱਚ ਤੁਸੀਂ ਸੁਣੋਗੇ ਦਲੀਪ ਕੌਰ ਟਿਵਾਣਾ ਹੋਰਾਂ ਦੀ ਲਿਖੀ ਕਹਾਣੀ ਤੇਰਾ ਕਮਰਾ ਮੇਰਾ ਕਮਰਾ। ਦਫ਼ਤਰ ਵਿੱਚ ਮੇਰਾ ਕਮਰਾ ਅਤੇ ਤੇਰਾ ਕਮਰਾ ਨਾਲੋਂ ਨਾਲ ਹਨ, ਫਿਰ ਵੀ ਨਾ ਇਹ ਕਮਰਾ ਉਸ ਵੱਲ ਜਾ ਸਕਦਾ ਹੈ ਅਤੇ ਨਾ ਉਹ ਕਮਰਾ ਇਸ ਵੱਲ ਆ ਸਕਦਾ। ਦੋਵਾਂ ਦੀ ਆਪਣੀ ਆਪਣੀ ਸੀਮਾ ਹੈ, ਦੋਹਾਂ ਦੇ ਵਿਚਕਾਰ ਇੱਕ ਦੀਵਾਰ ਹੈ। ਦੀਵਾਰ ਬੜੀ ਪਤਲੀ ਜਿਹੀ ਹੈ, ਭੁੱਲ ਭੁਲੇਖੇ ਵੀ ਜੇ ਉੱਧਰ ਤੇਰਾ ਹੱਥ ਵੱਜਦਾ ਤਾਂ ਆਵਾਜ਼ ਮੇਰੇ ਕਮਰੇ ਵਿੱਚ ਪਹੁੰਚ ਜਾਂਦੀ ਹੈ। ਇੱਕ ਦਿਨ ਖਬਰੇ ਕੋਈ ਇਸ ਦੀਵਾਰ ਵਿੱਚ ਤੇਰੇ ਵਾਲੇ ਪਾਸੇ ਕਿੱਲ ਕੱਢ ਰਿਹਾ ਸੀ। ਮੇਰੇ ਕਮਰੇ ਦੀਆਂ ਸਾਰੀਆਂ ਦੀਵਾਰਾਂ ਧਮਕ ਰਹੀਆਂ ਸਨ। ਮੈਂ ਉੱਠ ਕੇ ਬਾਹਰ ਗਈ ਕਿ ਦੇਖਾਂ, ਪਰ ਤੇਰੇ ਕਮਰੇ ਦੇ ਬੂਹੇ ਉੱਤੇ ਭਾਰੀ ਪਰਦਾ ਲਟਕ ਰਿਹਾ ਸੀ। ਮੈਂ ਪਰਤ ਆਈ। ਅੱਜ ਕੱਲ੍ਹ ਲੋਕ ਆਮ ਹੀ ਬੂਹੇ ਬਾਰੀਆਂ ਉੱਤੇ ਭਾਰੇ ਪਰਦੇ ਲਈ ਰੱਖਦੇ ਹਨ ਤਾਂ ਜੋ ਬਾਹਰੋਂ ਕਿਸੇ ਨੂੰ ਕੁਝ ਨਾ ਦਿਸੇ। ਪਰਦਾ ਤਾਂ ਮੇਰੇ ਕਮਰੇ ਦੇ ਬੂਹੇ ਅੱਗੇ ਵੀ ਹੈ। ਮੈਨੂੰ ਖਿਆਲ ਆਇਆ, ਕਦੇ ਕਦੇ ਜਦੋਂ ਕਿਸੇ ਗੱਲੋਂ ਤੋਂ ਚਪੜਾਸੀ ਨੂੰ ਉੱਚਾ ਬੋਲਦਾ ਮੈਂ ਕੰਮ ਕਰਦੀ ਕਰਦੀ ਕਲਮ ਰੱਖ ਕੇ ਬੈਠ ਜਾਂਦੀ ਹਾਂ। ਮੇਰਾ ਮਨ ਕਰਦਾ ਤੈਨੂੰ ਪੁੱਛਾਂ ਕੀ ਗੱਲ ਹੋਈ, ਪਰ ਫਿਰ ਖਿਆਲ ਆਉਂਦਾ ਤੈਨੂੰ ਸ਼ਾਇਦ ਇਹ ਚੰਗਾ ਨਾ ਲੱਗੇ ਕਿ ਜਦੋਂ ਤੂੰ ਚਪੜਾਸੀ ਨਾਲ ਉੱਚਾ ਬੋਲ ਰਿਹਾ ਸੈਂ ਤਾਂ ਮੈਂ ਤੈਨੂੰ ਸੁਣ ਰਹੀ ਸੀ। ਤੈਨੂੰ ਤਾਂ ਇਸ ਗੱਲ ਦਾ ਖਿਆਲ ਵੀ ਨਹੀਂ ਰਹਿੰਦਾ ਕਿ ਤੂੰ ਡੂੰਘਾ ਸਾਹ ਵੀ ਭਰੇ ਤਾਂ ਨਾਲ ਦੇ ਕਮਰੇ ਵਿੱਚ ਸੁਣਾਈ ਦੇ ਜਾਂਦਾ। ਇੱਕ ਦਿਨ ਕੰਮ ਕਰਦਿਆਂ ਕਰਦਿਆਂ ਮੇਰੇ ਹੱਥੋਂ ਕਲਮ ਡਿੱਗ ਪਈ, ਨਿੱਬ ਵਿੰਗੀ ਹੋ ਗਈ। ਉਸ ਦਿਨ ਮੈਨੂੰ ਖਿਆਲ ਆਇਆ ਸੀ ਤੇਰੇ ਕਮਰੇ ਵਿੱਚੋਂ ਕੋਈ ਕਲਮ ਮੰਗਵਾ ਲਵਾਂ, ਪਰ ਇਸ ਡਰੋਂ ਕਿ ਖਬਰੇ ਤੂੰ ਆਖ ਭੇਜੇ ਕਿ ਮੇਰੇ ਕੋਲ ਵਾਧੂ ਕਲਮ ਨਹੀਂ, ਮੈਂ ਇਹ ਹੌਂਸਲਾ ਨਾ ਕਰ ਸਕੀ। ਬਹੁਤੀ ਵਾਰੀ ਇਉਂ ਹੀ ਹੁੰਦਾ ਹੈ ਕਿ ਅਸੀਂ ਆਪ ਹੀ ਸਵਾਲ ਕਰਦੇ ਹਾਂ ਅਤੇ ਆਪ ਹੀ ਉਸ ਦਾ ਜਵਾਬ ਦੇ ਲੈਂਦੇ ਹਾਂ। ਕਦੇ ਕਦੇ ਮੈਂ ਸੋਚਦੀ ਹਾਂ ਕਿ ਜੇ ਭਲਾ ਦੋਹਾਂ ਕਮਰਿਆਂ ਦੇ ਵਿਚਕਾਰ ਲਈ ਇਹ ਦੀਵਾਰ ਟੁੱਟ ਜਾਵੇ, ਪਰ ਇਸ ਨਾਲ ਤੇਰਾ ਕਮਰਾ ਸਾਬਤ ਨਹੀਂ ਰਹਿ ਜਾਵੇਗਾ, ਮੇਰਾ ਕਮਰਾ ਵੀ ਸਾਬਤ ਨਹੀਂ ਰਹਿ ਜਾਵੇਗਾ। ਫਿਰ ਤਾਂ ਇਉਂ ਹੀ ਲੱਗਿਆ ਕਰੇਗਾ ਜਿਵੇਂ ਖੁੱਲ੍ਹਾ ਸਾਰਾ ਵੱਡਾ ਜਿਹਾ ਇੱਕੋ ਕਮਰਾ ਹੋਵੇ, ਪਰ ਇਉਂ ਕਰਨਾ ਸ਼ਾਇਦ ਠੀਕ ਨਾ ਹੋਵੇ। ਬਣਾਉਣ ਵਾਲੇ ਨੇ ਕੁਝ ਸੋਚ ਕੇ ਹੀ ਇਹ ਵੱਖੋ ਵੱਖ ਕਮਰੇ ਬਣਾਏ ਹੋਣੇ ਨੇ। ਕਦੇ ਕਦੇ ਮੈਨੂੰ ਇਉਂ ਲੱਗਦਾ ਜਿਵੇਂ ਮੈਂ ਇਸ ਪੱਕੀ ਸੀਮੈਂਟ ਦੀਵਾਰ ਦੇ ਵਿੱਚੋਂ ਦੀ ਦੇਖ ਸਕਦੀ ਹਾਂ। ਤਦ ਹੀ ਤਾਂ ਮੈਨੂੰ ਪਤਾ ਲੱਗ ਜਾਂਦਾ ਕਿ ਅੱਜ ਤੂੰ ਕੰਮ ਨਹੀਂ ਕਰ ਰਿਹਾ। ਕਦੇ ਛੱਤ ਵੱਲ ਤੱਕਣ ਲੱਗ ਜਾਂਦਾ ਹੈ, ਕਦੇ ਹੱਥ ਦੀਆਂ ਲਕੀਰਾਂ ਵੱਲ, ਕਦੇ ਫਾਈਲਾਂ ਖੋਲ੍ਹ ਲੈਂਦਾ ਹੈ, ਕਦੇ ਬੰਦ ਕਰ ਦਿੰਦਾ ਹੈ, ਕਦੇ ਬੂਟ ਲਾ ਲੈਂਦਾ ਹੈ ਅਤੇ ਕਦੇ ਪਾ ਲੈਂਦਾ ਹੈ। ਕਦੇ ਕਦੇ ਤੂੰ ਬਹੁਤ ਖੁਸ਼ ਹੋ ਰਿਹਾ ਹੁੰਦਾ ਹੈ, ਉਦੋਂ ਮੇਜ਼ ਉੱਤੇ ਪਏ ਪੇਪਰ ਵੇਟ ਨੂੰ ਘੁਮਾਉਣ ਲੱਗ ਜਾਂਦਾ ਹੈ, ਹੌਲੀ ਹੌਲੀ ਸੀਟੀ ਮਾਰਦਾ ਹੈ, ਇਸ ਕੰਧ ਉੱਤੇ ਹੱਥ ਲਾ ਕੇ ਕੁਰਸੀ ਉੱਤੇ ਬੈਠਾ ਧਰਤੀ ਉੱਤੇ ਪੈਰ ਚੁੱਕ ਲੈਂਦਾ ਹੈ। ਉਸ ਵੇਲੇ ਮੈਂ ਇੱਧਰ ਜ਼ਰਾ ਵੀ ਖੜਾਕ ਨਹੀਂ ਹੋਣ ਦਿੰਦੀ, ਮਤਾ ਤੂੰ ਚੌਂਕ ਪਵੇਂ। ਕਦੇ ਕਦੇ ਆਉਣ ਜਾਣ ਵੇਲੇ ਤੂੰ ਮੈਨੂੰ ਕਮਰੇ ਤੋਂ ਬਾਹਰ ਮਿਲ ਪੈਂਦਾ ਹੈ। ਸੁਣਾਓ ਕੀ ਹਾਲ ਹੈ, ਤੂੰ ਪੁੱਛਦਾ ਹੈ। ਠੀਕ ਹੈ, ਮੈਂ ਜ਼ਰਾ ਹੱਸ ਕੇ ਆਖਦੀ ਹਾਂ, ਅਤੇ ਤੂੰ ਆਪਣੇ ਕਮਰੇ ਵਿੱਚ ਚਲਿਆ ਜਾਂਦਾ ਹੈ ਅਤੇ ਮੈਂ ਆਪਣੇ ਕਮਰੇ ਵਿੱਚ। ਨਾ ਉਹ ਕਮਰਾ ਇੱਧਰ ਆ ਸਕਦਾ ਹੈ ਅਤੇ ਨਾ ਇਹ ਕਮਰਾ ਉੱਧਰ ਜਾ ਸਕਦਾ ਹੈ। ਦੋਹਾਂ ਦੀ ਆਪਣੀ ਆਪਣੀ ਸੀਮਾ ਹੈ, ਦੋਹਾਂ ਦੇ ਵਿਚਕਾਰ ਇੱਕ ਦੀਵਾਰ ਹੈ। ਇੱਕ ਦਿਨ ਮੇਰੇ ਕਮਰੇ ਵਿੱਚ ਚੱਲਦਾ ਚੱਲਦਾ ਪੱਖਾ ਬੰਦ ਹੋ ਗਿਆ, ਸ਼ਾਇਦ ਬਿਜਲੀ ਚਲੀ ਗਈ ਸੀ। ਕੁਝ ਮਿੰਟ ਮੈਂ ਉਡੀਕਦੀ ਰਹੀ, ਫਿਰ ਗਰਮੀ ਤੋਂ ਘਬਰਾ ਕੇ ਮੈਂ ਕਮਰੇ ਤੋਂ ਬਾਹਰ ਬਰਾਂਡੇ ਵਿੱਚ ਆ ਗਈ ਜੋ ਦੋਹਾਂ ਕਮਰਿਆਂ ਦੇ ਅੱਗੇ ਸਾਂਝਾ ਹੈ। ਮੈਨੂੰ ਪਤਾ ਸੀ ਤੇਰੇ ਕਮਰੇ ਦਾ ਪੱਖਾ ਵੀ ਬੰਦ ਹੋ ਗਿਆ ਹੋਵੇਗਾ, ਫਿਰ ਵੀ ਮੈਂ ਜ਼ਰਾ ਕੁ ਤੇਰੇ ਕਮਰੇ ਅੰਦਰ ਝਾਕ ਕੇ ਪੁੱਛਿਆ, ਤੁਹਾਡਾ ਪੱਖਾ ਚੱਲਦਾ? ਮੇਰਾ ਭਾਵ ਸੀ ਜੇ ਨਹੀਂ ਚੱਲਦਾ ਤਾਂ ਤੂੰ ਵੀ ਸਾਂਝੇ ਬਰਾਂਡੇ ਵਿੱਚ ਆ ਜਾਵੇਂ। ਜਦੋਂ ਅੰਦਰ ਹੁੰਮਸ ਹੋਵੇ ਪਲ ਦੋ ਪਲ ਲਈ ਬਾਹਰ ਆ ਜਾਣ ਵਿੱਚ ਕੋਈ ਡਰ ਨਹੀਂ ਹੁੰਦਾ। ਨਹੀਂ, ਪੱਖਾ ਤਾਂ ਚੱਲਦਾ ਨਹੀਂ, ਪਰ ਮੈਂ ਪਿਛਲੀ ਬਾਰੀ ਖੋਲ੍ਹ ਲਈ ਹੈ, ਤੂੰ ਆਖਿਆ। ਪਰ ਮੈਨੂੰ ਖਬਰੇ ਪਿਛਲੀ ਬਾਰੀ ਦਾ ਖਿਆਲ ਹੀ ਨਹੀਂ ਸੀ ਆਇਆ, ਇਸ ਲਈ ਮੈਂ ਕਮਰੇ ਤੋਂ ਬਾਹਰ ਆ ਗਈ ਸੀ। ਵਿਚਕਾਰ ਭਾਵੇਂ ਦੀਵਾਰ ਹੈ, ਫਿਰ ਵੀ ਜਿਸ ਦਿਨ ਤੂੰ ਦਫ਼ਤਰ ਨਾ ਆਵੇ, ਆਪਣੇ ਕਮਰੇ ਵਿੱਚ ਨਾ ਬੈਠਾ ਹੋਵੇਂ, ਮੈਨੂੰ ਕੁਝ ਅਜੀਬ ਅਜੀਬ ਜਿਹਾ ਲੱਗਦਾ। ਉਸ ਦਿਨ ਮੈਂ ਕਈ ਵਾਰੀ ਘੜੀ ਦੇਖਦੀ ਹਾਂ, ਮੈਂ ਕਈ ਵਾਰ ਪਾਣੀ ਪੀਂਦੀ ਹਾਂ, ਲੋਕਾਂ ਨੂੰ ਟੈਲੀਫੋਨ ਕਰਦੀ ਰਹਿੰਦੀ ਹਾਂ, ਇਕੱਠਾ ਹੋਇਆ ਪਿਛਲਾ ਕੰਮ ਵੀ ਮੁਕਾ ਸੁੱਟਦੀ ਹਾਂ।
ਅੱਜ ਸਾਹਿਬ ਨਹੀਂ ਆਏ? ਉੱਧਰੋਂ ਲੰਘਦੀ ਤੇਰੇ ਚਪੜਾਸੀ ਨੂੰ ਪੁੱਛਦੀ ਹਾਂ। ਫਿਰ ਉਹ ਆਪ ਹੀ ਦੱਸ ਦਿੰਦਾ ਹੈ ਕਿ ਸਾਹਿਬ ਬਾਹਰ ਗਏ ਹੋਏ ਨੇ, ਕਿ ਸਾਹਿਬ ਦੇ ਰਿਸ਼ਤੇਦਾਰ ਆਏ ਹੋਏ ਨੇ, ਕਿ ਸਾਹਿਬ ਦੀ ਤਬੀਅਤ ਠੀਕ ਨਹੀਂ, ਕਿ ਸਾਹਿਬ ਨੇ ਕਿੰਨੇ ਦਿਨ ਦੀ ਛੁੱਟੀ ਲਈ ਹੈ। ਇਹਨਾਂ ਦਿਨਾਂ ਵਿੱਚ ਮੈਨੂੰ ਬੜੀਆਂ ਫਜ਼ੂਲ ਗੱਲਾਂ ਸੁੱਝਦੀਆਂ ਰਹਿੰਦੀਆਂ ਨੇ ਕਿ ਅੱਜ ਤੋਂ 100 ਸਾਲ ਪਹਿਲੇ ਇਸ ਕਮਰੇ ਵਿੱਚ ਕੌਣ ਬੈਠਦਾ ਹੋਵੇਗਾ, ਨਾਲ ਵਾਲੇ ਕਮਰੇ ਵਿੱਚ ਵੀ ਕੋਈ ਬੈਠਦਾ ਹੋਵੇਗਾ, ਅੱਜ ਤੋਂ 100 ਸਾਲ ਨੂੰ ਇਸ ਕਮਰੇ ਵਿੱਚ ਕੌਣ ਬੈਠਾ ਹੋਵੇਗਾ, ਨਾਲ ਵਾਲੇ ਕਮਰੇ ਵਿੱਚ ਕੌਣ ਬੈਠਾ ਹੋਵੇਗਾ। ਬੰਦੇ ਮਰ ਕਾਹਤੋਂ ਜਾਂਦੇ ਨੇ? ਫਿਰ ਖਿਆਲ ਆਉਂਦਾ ਬੰਦੇ ਪੈਦਾ ਕਾਹਤੋਂ ਹੁੰਦੇ ਨੇ। ਅਤੇ ਫਿਰ ਇਹਨਾਂ ਗੱਲਾਂ ਤੋਂ ਘਬਰਾ ਕੇ ਮੈਂ ਦਫ਼ਤਰ ਵਿੱਚ ਕੰਮ ਕਰਨ ਵਾਲੀਆਂ ਹੋਰਨਾਂ ਨੂੰ ਮਿਲਣ ਤੁਰ ਪੈਂਦੀ ਹਾਂ। ਆਏ ਨਹੀਂ ਇੰਨੇ ਦਿਨ, ਪਤਾ ਹੋਣ ਦੇ ਬਾਵਜੂਦ ਮੈਂ ਤੈਨੂੰ ਪੁੱਛਦੀ ਹਾਂ। ਬਿਮਾਰ ਸੀ ਤੂੰ ਆਖਦਾ ਹੈ, ਹੁਣ ਤਾਂ ਠੀਕ ਹੋ? ਹਾਂ ਠੀਕ ਹਾਂ, ਮਿਹਰਬਾਨੀ। ਆਖ ਤੂੰ ਆਪਣੇ ਕਮਰੇ ਵਿੱਚ ਚਲਿਆ ਜਾਂਦਾ ਹੈ ਅਤੇ ਮੈਂ ਆਪਣੇ ਕਮਰੇ ਵਿੱਚ ਚਲੀ ਜਾਂਦੀ ਹਾਂ, ਤੂੰ ਆਪਣਾ ਕੰਮ ਕਰਨ ਲੱਗ ਜਾਂਦਾ ਹੈ ਅਤੇ ਮੈਂ ਆਪਣਾ। ਇੱਕ ਵਾਰੀ ਮੈਂ ਕਈ ਦਿਨ ਛੁੱਟੀ ਉੱਤੇ ਰਹੀ, ਬੀਬੀ ਜੀ ਨਹੀਂ ਆ ਰਹੇ? ਤੂੰ ਮੇਰੇ ਚਪੜਾਸੀ ਨੂੰ ਪੁੱਛਿਆ? ਉਹ ਜੀ ਬਿਮਾਰ ਨੇ, ਉਸਨੇ ਦੱਸਿਆ। ਅੱਛਾ ਅੱਛਾ, ਆਖ ਤੂੰ ਆਪਣੇ ਕਮਰੇ ਵਿੱਚ ਚਲਿਆ ਗਿਆ, ਘਰ ਡਾਕ ਦੇਣਾ ਹੈ, ਚਪੜਾਸੀ ਨੇ ਮੈਨੂੰ ਇਹ ਦੱਸਿਆ। ਅਗਲੇ ਦਿਨ ਜਦੋਂ ਬੁਖਾਰ ਜ਼ਰਾ ਘੱਟ ਸੀ ਮੈਂ ਦਫ਼ਤਰ ਆ ਗਈ। ਤੈਨੂੰ ਸ਼ਾਇਦ ਪਤਾ ਨਹੀਂ ਸੀ, ਉਸ ਦਿਨ ਤੂੰ 2-3 ਵਾਰ ਚਪੜਾਸੀ ਨੂੰ ਡਾਂਟਿਆ, ਕਈ ਵਾਰ ਕਾਗਜ਼ ਪਾੜੇ ਜਿਵੇਂ ਗਲਤ ਲਿਖਿਆ ਗਿਆ ਹੋਵੇ। ਇੱਕ ਤੂੰ ਮਿਲਣ ਆਇਆ ਨੂੰ ਵੀ ਕਹਾ ਭੇਜਿਆ ਕਿ ਕਿਸੇ ਦਿਨ ਫਿਰ ਆਉਣਾ। ਕਿਸੇ ਕੰਮ ਤੂੰ ਕਮਰੇ ਤੋਂ ਬਾਹਰ ਗਿਆ, ਮੈਂ ਵੀ ਕਿਸੇ ਕੰਮ ਬਾਹਰ ਨਿਕਲੀ। ਆਏ ਨਹੀਂ ਕਈ ਦਿਨ, ਤੂੰ ਜਾਣਦੇ ਹੋਇਆਂ ਪੁੱਛਿਆ। ਬਿਮਾਰ ਸੀ, ਹੁਣ ਤਾਂ ਠੀਕ ਹੋ? ਹਾਂ ਠੀਕ ਹਾਂ, ਮਿਹਰਬਾਨੀ। ਆਖ ਮੈਂ ਆਪਣੇ ਕਮਰੇ ਵਿੱਚ ਚਲੀ ਗਈ ਅਤੇ ਤੂੰ ਆਪਣੇ ਕਮਰੇ ਵਿੱਚ ਚਲਿਆ ਗਿਆ। ਨਾ ਇਹ ਕਮਰਾ ਉੱਧਰ ਜਾ ਸਕਦਾ, ਨਾ ਉਹ ਕਮਰਾ ਇੱਧਰ ਆ ਸਕਦਾ, ਦੋਨਾਂ ਦੀ ਆਪਣੀ ਆਪਣੀ ਸੀਮਾ ਹੈ। ਦੋਹਾਂ ਵਿਚਕਾਰ ਇੱਕ ਦੀਵਾਰ ਹੈ, ਇੱਕ ਕਮਰਾ ਤੇਰਾ ਹੈ, ਇੱਕ ਕਮਰਾ ਮੇਰਾ ਹੈ। ਫਿਰ ਵੀ ਮੈਂ ਸੋਚਦੀ ਹਾਂ ਕਿ ਇੰਨਾ ਵੀ ਕੀ ਘੱਟ ਹੈ ਕਿ ਦੋਨੋਂ ਕਮਰੇ ਨਾਲੋਂ ਨਾਲ ਹਨ, ਵਿਚਕਾਰ ਸਿਰਫ ਇੱਕ ਦੀਵਾਰ ਹੀ ਤਾਂ ਹੈ।